مثالهم كمثال الذي استوقد النار فلما السلام علیکم جی او بھائی جی یوٹیوب چینل تڈا اپنا چینل تڈے ویرے دا چینل حمزہ پنجابی دا چینل بھائی اج گل ہے ہوئی اج اکھ چھتی کھل گئی ਤਾਂ ਆਖਿਆ ਨਮਾਜ਼ ਪੜ੍ਹ ਆਈਏ ਬਾਕੀ ਸ਼ੈਤਾਨ ਬੜੀਆਂ ਸੋਹਣੀਆਂ ਥਾਪੀਆਂ ਦੇਣ ਡਿਆ ਸੀ ਕਹਿੰਦਾ ਸੀ ਪੁੱਤ ਬੜੀ ਠੰਡ ਸੋਇਆ ਮੈਂ ਨਹੀਂ ਅੱਜ ਭਾਅ ਜੀ ਤੁਹਾਡੀ ਨਹੀਂ ਮੰਨਣੀ ਆ ਅੱਜ ਆਪਾਂ ਨਮਾਜ਼ ਪੜ੍ਹ ਕੇ ਆਉਣੀ ਜੋ ਮਰਜ਼ੀ ਹੋਈ ਅਤੇ ਫਿਰ ਹਾਂ ਅੱਜ ਭਾਅ ਜੀ ਖੁਦ ਨਾਲ ਜੰਗ ਲੜ ਕੇ ਬਿਸਤਰੇ ਨਾਲ ਲੜ ਕੇ ਅਸੀਂ ਅੱਜ ਨਮਾਜ਼ ਪੜ੍ਹੀਏ तो उससे मेरा क्या फायदा, मुझे क्या मिल रहा है, मुझे क्या दे रहा है कोई, उससे मुझे क्या फायदा हो रहा है, मुझे ये समझ नहीं आ रही। मुझे कोई कमेंट तो करके बताओ। अल्लाह सानू अगों भी हिदायत दे, ये ठंड तो भुल भुल के बंदा नमाज पढ़न जाए। तो भाजी अज दा व्लॉग है वे के असी लभदे फिरने लस्सी दड़ेड़का। ਭਾਅ ਜੀ ਹਕੀਮ ਨੇ ਕਿਹਾ ਦਰੇੜਗਾ ਪੀਣਾ, ਦਿਲ ਬੜਾ ਘਬਰਾਉਂਦਾ, ਦਿਲ ਪਤਾ ਕਿਉਂ ਘਬਰਾਉਂਦਾ, ਦਿਲ ਗੁਟਕੂ ਗੁਟਕੂ ਕਰਦਾ, ਬੰਦਾ ਕੀ ਕਰੇ। ਭਾਅ ਜੀ ਗੱਲ ਹੈ ਵੇ ਕਿ ਅਸਾਂ ਖਾ ਲਈਆਂ ਜ਼ਿਆਦਾ ਹੀ ਸਪਾਈਸੀ ਚੀਜ਼ਾਂ ਅਤੇ ਮੈਦਾ ਹੋ ਗਿਆ ਖਰਾਬ। ਅਰੇ ਕਹਿਣਾ ਕਿਆ ਚਾਹਤੇ ਹੋ। ਅਤੇ ਹੁਣ ਸਾਨੂੰ ਲੱਸੀ ਦਾ ਕਹਿੰਦੇ ਨੇ ਕਿ ਪੀਓ ਅਤੇ ਉਹਦੇ ਨਾਲ ਬਿਹਤਰ ਫੀਲ ਹੋਏਗਾ। ਅਤੇ ਅਸੀਂ ਲੱਭਦੇ ਫਿਰਨੇ ਅੰਦਰ ਹੇੜਗਾ ਕਿਤੋਂ ਲੱਭ ਜਾ। ਵੇਖੋ ਇਹ ਐਡਾ ਵੱਡਾ ਦਰਖਤ, ਫਲ ਕੋਈ ਵੀ ਨਹੀਂ, ਕੀ ਫਾਇਦਾ ਭਾਈ ਤੇਰਾ, ਕੋਈ ਨਾ ਕੋਈ ਹੋਏਗਾ ਭਾਈ ਫਾਇਦਾ ਇਹਦਾ। ਭਾਅ ਜੀ ਅੱਜ ਦਾ ਵਲੋਗ ਬਹੁਤ ਮਜ਼ੇ ਦਾ ਹੋਏਗਾ, ਤੁਹਾਨੂੰ ਚੱਸ ਆਏਗੀ ਪੂਰੀ, ਇੰਜੋਏ ਕਰੋਗੇ ਪੂਰਾ, ਟੈਨਸ਼ਨ ਨਹੀਂ ਲੈਣੀ। ਭਾਅ ਜੀ ਇਹਨੂੰ ਕਹਿੰਦੇ ਜੇ ਘੱਟਾ ਮੰਡੀ, ਅਤੇ ਆਪਾਂ ਵੀ ਇੱਥੇ ਬੜੇ ਘੱਟਿਓ ਘੱਟੀ ਹੋਏ ਹਾਂ, ਪਰ ਸਾਡਾ ਸਾਰਾ ਹੀ ਘੱਟਾ ਝੜ ਗਿਆ। ਚਲੋ ਖੈਰ ਇਹਦਾ ਘੱਟਾ ਜਿਹੜਾ ਬੰਦਾ ਲੱਥ ਜਾਂਦਾ ਨਾ, ਉਹ ਬੰਦਾ ਵਿਚਾਰਾ ਰੁੱਲ ਜਾਂਦਾ ਜੇ, ਅਤੇ ਲਿਹਾਜ਼ਾ ਇਹਦਾ ਘੱਟਾ ਲੱਗੇ ਹੀ ਰਹੇ ਤਾਂ ਚੰਗਾ ਰਹਿੰਦਾ। ਇਸ ਲਈ ਇਹਦਾ ਨਾਂ ਹੈ ਘੱਟਾ ਮੰਡੀ। ਸਮਝ ਰਹੇ ਹੋ, ਸਮਝ ਰਹੇ ਹੋ, ਆਪ ਸਮਝ ਰਹੇ ਹੋ। ਅਤੇ ਸਰ ਬਹੁਤ ਹੀ ਇੱਥੇ ਅਸੀਂ ਚੰਗਾ ਟਾਈਮ ਗੁਜ਼ਾਰਿਆ, ਕੋਸ਼ਿਸ਼ ਤਾਂ ਇਹ ਹੀ ਕਿ ਦੁਬਾਰਾ ਗੁਜ਼ਾਰੀਏ, ਲੇਕਿਨ ਬਾਕੀ ਅੱਲਾ ਨੂੰ ਮਨਜ਼ੂਰ, ਜੋ ਅੱਲਾ ਬਿਹਤਰ ਕਰੇ ਉਹ ਹੀ ਹੋਣਾ। ਪਰ ਹੁਣ ਸਾਡੇ ਰਾਹ ਅਲੱਗ ਨੇ, ਤੇਰੇ ਰਾਹ ਵੱਖ ਅਤੇ ਸਾਡੇ ਰਾਹ ਵੱਖ, ਅਤੇ ਸਾਡੀ ਸੋਚ ਲਹਿਦਾ ਅਤੇ ਇਹਨਾਂ ਦੀ ਹੋਰ। ਅਤੇ ਹੁਣ ਜ਼ਿੰਦਗੀ ਵੇਖੋ ਕਿੱਧਰ ਲੈ ਕੇ ਜਾਂਦੀ ਸਾਨੂੰ। ਸਾਨੂੰ ਤਾਂ ਭਾਅ ਜੀ ਇਹ ਹੀ ਸ਼ੌਕ ਜੇ ਕੋਈ ਮਲਾ ਕੀ ਗੱਲ ਹੈ, ਦੁਨੀਆ 'ਤੇ ਨਾ ਲੋਕ ਕੰਮ ਤਾਂ ਕਰਦੇ ਨੇ, ਕੰਮ ਕੋਈ ਵੀ ਕਰ ਸਕਦਾ, ਲੇਕਿਨ ਉਹ ਕਾਹਦਾ ਕੰਮ ਯਾਰ ਜਿਹ 'ਚ ਨਾ ਸੂਰਜ ਨਿਕਲਦਾ ਵੇਖਿਆ ਨਾ ਡੁੱਬਦਾ ਵੇਖਿਆ, ਦਿਨ ਕੰਮ 'ਚ ਲੰਘ ਗਿਆ, ਰਾਤ ਸੌਂ ਕੇ ਲੰਘ ਗਈ, ਜ਼ਿੰਦਗੀ ਲੰਘ ਜਾਣੀ।
ਬਾਤ ਤਾਂ ਸਹੀ ਹੈ, ਜ਼ਿੰਦਗੀ ਦਾ ਮਜ਼ਾ ਲੈਣਾ ਯਾਰ, ਜ਼ਿੰਦਗੀ ਦਾ ਮਜ਼ਾ ਨਹੀਂ ਲਿਆ ਤੇ ਕਾਹਦੀ ਜ਼ਿੰਦਗੀ ਕਿ ਨਹੀਂ। ਚਨੇ ਭੁੱਜ ਰਹੇ ਜੇ ਚਨੇ ਜੇ ਸਰਦੀਆਂ ਦੀ ਜੰਨਤ। ਕੀ ਬੋਲਿਆ ਤੂੰ? ਕੀ ਬਾਤ ਵਾਹ। ਨਵੀਂ ਲੋਕਾਂ ਨੂੰ ਵੀ ਨੈੱਟ 'ਤੇ ਆਉਣ ਦਾ ਸ਼ੌਕ ਹੀ। ਚਾਚਾ ਚਨੇ ਵਾਲਾ ਕਹਿੰਦਾ ਮੇਰੀ ਵੀ ਵੀਡੀਓ ਬਣਾ ਭਾਈ, ਮੈਨੂੰ ਵੀ ਨੈੱਟ 'ਤੇ ਚੜ੍ਹਾ। ਮੈਂ ਲੈ ਚਾਚਾ ਚੜ੍ਹਾ ਦੇ। ਰਹਾ ਨਹੀਂ ਜਾਤਾ, ਤੜਪ ਹੀ ਐਸੀ ਹੈ ਨਾ। ਦੜੇਰ ਕਾ ਹੋਏਗਾ, ਦੜੇਰ ਕਾ ਮਿਲ ਜਾਏਗਾ। ਲੋ ਜੀ, ਕਿਆ ਬਾਤ ਇੱਥੇ ਤੇ ਮਾਹੌਲ ਬਣਿਆ ਪੂਰਾ। ਚਾ ਜੀ, ਕਿੰਨੇ ਦਾ ਗਲਾਸ ਜੀ? ਗਲਾਸ ਕਿੰਨੇ ਆ? ਚਲ 100 ਦਾ ਬਣਾ ਲਓ। ਚਲੋ ਜੀ, ਦਲੇਰ ਕਾ ਲੱਭ ਗਿਆ ਜੇ ਬਹੁਤ ਫਿਰਨ ਤੁਰਨ ਤੋਂ ਬਾਅਦ। ਚਲੋ ਐਸੇ ਬਹਾਨੇ ਐਕਸਰਸਾਈਜ਼ ਵੀ ਹੋ ਗਈ। ਕਿਉਂ ਦਾ ਕੀਤਾ ਜੀ? ਮੈਂ ਮੁਹੱਲੇ ਦਾ ਹੀ ਹਾਂ ਤੁਹਾਡੇ, ਪਰ ਮੈਨੂੰ ਨਹੀਂ ਪਤਾ ਕੀ ਨਾਂ ਜੇ ਤੁਹਾਡਾ। ਤੁਹਾਡਾ ਨੈੱਟ 'ਤੇ ਚਾਹ ਰਹੀ ਹੈ, ਲੋਕਾਂ ਨੂੰ ਪਤਾ ਲੱਗ ਰਿਹਾ। ਰਾਹਤ ਹੋਟਲ। ਚਲੋ ਜੀ, ਚਲੋ ਜੀ ਸ਼ੇਖਪੁਰੇ ਰੋਡ 'ਤੇ ਜੇ ਰਾਹਤ ਹੋਟਲ। ਅਤੇ ਜੇ ਕੋਈ ਰੋਟੀ ਛੋਟੀ ਖਾਣੀ ਹੋਏ, ਦਲੇੜਕਾ ਪੀਣਾ ਹੋਏ ਤਾਂ ਇੱਥੇ ਆਓ, ਬਹੁਤ ਪਿਆਰ ਮੁਹੱਬਤ ਕਰਨਗੇ। ਕਰੋਗੇ ਚਾਚਾ ਜੀ? ਕਰਨਗੇ ਜੀ, ਕਰਨਗੇ। ਭਾਈ ਬਹੁਤ ਮਜ਼ੇ ਦੀ ਲੱਸੀ ਹੈ, ਕਮਾਲ ਦੀ ਲੱਸੀ ਹੈ। ਚਸ ਆ ਗਿਆ ਭਾਈ, ਪੂਰੀ ਚਸ, ਠੰਡ ਪੈ ਗਈ। ਚਲੋ ਭਾਈ, ਬਾਕੀ ਸਾਡੀ ਸਵਾਦ ਆ ਗਿਆ ਤੁਹਾਨੂੰ ਲੱਗਦਾ ਚੜ੍ਹਾ ਦਿਆ। ਜਿਵੇਂ ਜਿਵੇਂ ਲੋਕੀ ਵੇਖਣਗੇ ਨਾ, ਤੁਸੀਂ ਕਿੱਥੇ? ਹਾਂਜੀ, ਚੜ੍ਹਾਏ ਸਰ ਤੁਹਾਡੇ ਲਾਈਨ ਪਿੱਛੇ ਲਾਗੇ 'ਚ। ਮੇਰਾ ਕੰਮ ਹੈ, ਮੈਂ ਵੀਡੀਓ ਬਣਾਉਂਦਾ ਲੋਕਾਂ ਦੀ, ਜਿਹੜਾ ਵੀ ਕੋਈ ਕੰਮ ਕਰਦਾ ਹੈ ਨਾ ਇਹਨੂੰ ਪ੍ਰਮੋਟ ਕਰਦਾ। ਅਰੇ ਕਹਿਣਾ ਕਿਆ ਚਾਹਤੇ ਹੋ? ਤਾਂ ਕਿ ਉਹਨਾਂ ਦਾ ਵੀ ਫਾਇਦਾ ਹੋਏ ਅਤੇ ਸਾਡੀ ਵੀਡੀਓ ਬਣ ਜਾਵੇ। ਹਾਂਜੀ, ਇਹਦੇ ਪੈਸੇ ਮਿਲ। ਕੀ ਬੋਲਿਆ ਤੂੰ? ਹੋਟਲ ਵਾਲਾ ਭਾਈ ਪੁੱਛਦਾ ਕੀ ਕਰਨਾ, ਵੀਡੀਓ ਕਾਹਦੀ ਬਣਾਉਣਾ। ਮੈਂ ਭਾਜੀ, ਮੈਂ ਲੋਕਾਂ ਨੂੰ ਪ੍ਰਮੋਟ ਕਰਨਾ ਹਾਲੇ, ਵੈਸੇ ਮੈਂ ਆਪ ਪ੍ਰਮੋਟ ਹੋਣ ਵਾਲਾ। ਬੜਾ ਹਰਾਮੀ ਹੋ ਬੇਟਾ। ਬਾਕੀ ਸਰ, ਲੱਸੀ ਪੀਣ ਦਾ ਮਜ਼ਾ ਆ ਗਿਆ, ਠੰਡ ਪੈ ਗਈ ਇੱਕ ਦਫ਼ਾ ਫੁੱਲ। ਠੰਡ 'ਚ ਠੰਡ ਪੈ ਗਈ ਅਤੇ ਮਤਲਬ ਜਮ੍ਹਾਂ ਜਮ੍ਹਾਂ ਕਰ ਦਿਉ, ਜਮ੍ਹਾਂ ਹੁੰਦੀ ਹੈ ਪਰ ਅਸੀਂ ਮਾਈਨਸ ਮਾਈਨਸ ਕਰਕੇ ਜਮ੍ਹਾਂ ਕੀਤਾ। ਜਮ੍ਹਾਂ ਜਮ੍ਹਾਂ ਕਰਕੇ ਠੰਡ ਮੁੱਕ ਜਾਣੀ, ਸਰਦੀ ਨਾਲ ਸਰਦੀ ਵੱਢਦੀ, ਲੋਹੇ ਨੂੰ ਲੋਹਾ ਵੱਢਦਾ, ਸਰਦੀ ਨੂੰ ਸਰਦੀ ਵੱਢਦੀ। ਕੌਣ ਹੈ ਯੇ ਲੋਕ, ਕਹਾਂ ਸੇ ਆਤੇ ਹੈ?
ਇਹ ਭਾਜੀ ਸਾਡਾ ਕੰਮ ਹੈ ਵੀਡੀਓ ਸ਼ੀਡੀਓ ਬਣਾਉਣਾ ਨਾ ਸਾਡੇ ਇੱਥੇ ਜਿਹੜੇ ਅਸੀਂ ਏਰੀਏ 'ਚ ਰਹਿੰਦੇ ਹਾਂ ਨਾ ਇੱਥੇ ਲੋਕ ਸਮਝਦੇ ਨੇ ਆ ਪਤਾ ਨਹੀਂ ਕੀ ਕੰਮ ਹੈ ਕੈਮਰਾ ਫੜ ਕੇ ਵੀਡੀਓ ਬਣਾਉਂਦਾ ਰਹਿੰਦਾ ਇਹਨੂੰ ਵੀ ਵਿੱਚ ਲੈਣਗੇ ਕਿੱਧਰ ਗਿਆ ਇੱਧਰ ਆ ਨਹੀਂ ਇਹਨੇ ਨਹੀਂ ਆਉਣਾ ਵੀਡੀਓ 'ਚ ਭਾਈ ਕੀ ਗੱਲ ਹੈ ਕਿਆ ਨਹੀਂ ਕਹਿ ਲਓ ਕੁਛ ਲੋਕਾਂ ਨੂੰ ਕਹਿਣਾ ਚਾਹੁੰਦੇ ਬਹੁਤ ਤੇਜ ਹੋ ਰਹਾ ਹੈ ਬਹੁਤ ਤੇਜ ਹੋ ਰਹਾ ਸਾਲ ਚਲੋ ਮਿਹਰਬਾਨੀ ਇਹ ਜਿਹੜੀ ਸੋਸਾਇਟੀ 'ਚ ਅਸੀਂ ਰਹਿ ਰਹੇ ਹਾਂ ਨਾ ਇੱਥੇ ਲੋਕ ਸਮਝਦੇ ਨੇ ਕੈਮਰਾ ਫੜ ਕੇ ਲੱਗੇ ਜਾਣਾ ਪਤਾ ਨਹੀਂ ਕਿ ਅਜੀਬ ਜਿਹਾ ਹੀ ਕੰਮ ਹੈ ਇਹਨੂੰ ਹਰੇ ਹੋਰ ਕੰਮ ਨਹੀਂ ਬਹੁਤ ਹੀ ਫਜ਼ੂਲ ਕੰਮ ਸਮਝਿਆ ਜਾ ਰਿਹਾ ਲੇਕਿਨ ਆਈ ਥਿੰਕ ਦਿਸ ਇਜ਼ ਦਾ ਬੈਸਟ ਵਰਕ ਇਹ ਬਹੁਤ ਹੀ ਅੱਛਾ ਕੰਮ ਹੈ ਇਨਸਾਨ ਦੇ ਵਿੱਚ ਕੌਨਫੀਡੈਂਸ ਡਿਵੈਲਪ ਹੁੰਦਾ ਬੰਦਾ ਲੋਕਾਂ 'ਚ ਬੈਠ ਕੇ ਕੁਛ ਗੱਲ ਕਰਨਾ ਸਿੱਖ ਜਾਂਦਾ ਅਗਰ ਉਹ ਕੈਮਰਾ ਫੜ ਕੇ ਇੰਝ ਗੱਲ ਕਰ ਸਕਦਾ ਤਾਂ ਉਹ ਲੋਕਾਂ 'ਚ ਬੈਠ ਕੇ ਵੀ ਗੱਲ ਕਰ ਸਕੇਗਾ ਉਹ 'ਚ ਕੌਨਫੀਡੈਂਸ ਬਿਲਡ ਹੋ ਜਾਏਗਾ ਲੇਕਿਨ ਮਾਂ ਬਾਪ ਬੱਚਿਆਂ ਨੂੰ ਸਪੋਰਟ ਨਹੀਂ ਕਰਦੇ ਇਸ ਮਾਮਲੇ 'ਚ ਬਾਤ ਸਹੀ ਹੈ ਉਹ ਕਹਿੰਦੇ ਡਾਕਟਰ ਬਣੋ ਇੰਜੀਨੀਅਰ ਬਣੋ ਹੋਰ ਕੁਛ ਨਾ ਕਰੋ ਬਣੋ ਯਾਰ ਬਣੋ ਸਭ ਕੁਛ ਬਣੋ ਡਾਕਟਰ ਬਣੋ ਇੰਜੀਨੀਅਰ ਬਣੋ ਲੇਕਿਨ ਇਹ ਵੀ ਬਹੁਤ ਜ਼ਰੂਰੀ ਹੈ ਅਗਰ ਕੋਈ ਚੰਗ ਆਇਆ ਕਰਨਾ ਤਾਂ ਉਹਨੂੰ ਕਰਨ ਦਿਉ ਹੁਣ ਦੇਖੋ ਨਾ ਮੈਨੂੰ ਲੋਕ ਦੇਖਦੇ ਪਏ ਨੇ ਪਤਾ ਨਹੀਂ ਕੀ ਕਰਦਾ ਪਿਆ ਪਰ ਅਸਾਂ ਕਰਨਾ ਸਾਡਾ ਕੰਮ ਜੇ ਆ ਬੱਚਾ ਵੇਖ ਲਓ ਸਫਾਰਾ ਪੜ ਕੇ ਆ ਜਾ ਸਫਾਰਾ ਪੜ ਕੇ ਆ ਜਾ ਦੇਖ ਹੁਣ ਬੱਚਾ ਵੀ ਵੇਖਣ ਦਿਆ ਪਤਾ ਨਹੀਂ ਕੀ ਕਰਦਾ ਪਿਆ ਗਜਬ ਬੇਇੱਜ਼ਤੀ ਹੈ ਇੰਝ ਸੋਚ ਡਿਵੈਲਪ ਕੀਤੀ ਬੱਚਿਆਂ ਨੂੰ ਗਰੋਥ ਕਰਦੇ ਹੀ ਨਹੀਂ ਬੱਚਿਆਂ ਦੀ ਲਓ ਵੀ ਦੋਸਤੋ ਇਹ ਸੀ ਜੀ ਅੱਜ ਦਾ ਵਲੋਗ ਜੇ ਤਾਂ ਤੁਹਾਨੂੰ ਆਇਆ ਪਸੰਦ ਤਾਂ ਆਏਗਾ ਪਸੰਦ ਯਾਰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਚੈਨਲ ਓ ਪਾਏ ਜੀ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਅਸੀਂ ਵੀਡੀਓ ਬਣਾਉਂਦੇ ਰਹੀਏ ਚੌਥਾ ਦਿਨ ਹੋ ਗਿਆ ਅਬੇ ਜਲਦੀ ਬੋਲ ਕੱਲ ਸਵੇਰੇ ਪਨਵੇਲ ਨਿਕਲਣਾ ਹੈ ਸਾਨੂੰ ਆਪਣੀ ਦੁਆਵਾਂ 'ਚ ਯਾਦ ਰੱਖੋ ਇਨਸ਼ਾਅੱਲਾ ਬਹੁਤ ਜਲਦ ਇੱਕ ਨਵੇਂ ਵਲੌਗ ਦੇ ਨਾਲ ਤੁਹਾਨੂੰ ਫਿਰ ਮਿਲਾਂਗੇ ਜਿੰਨੇ ਰੇ ਤਾਂ ਮਿਲਾਂਗੇ ਲੱਖ ਵਾਰੀ ਆ ਵੇਖੋ ਜੀ ਝੂਲੇ ਝੂਲੇ ਲੱਗੇ ਓਕੇ ਅੱਲਾ ਹਾਫਿਜ਼